ਤੁਸੀਂ ਮਾਂ ਬਣੇ ਹੋ ਇੱਕ ਇੱਕ ਬੇਬੀ ਨੂੰ ਜਨਮ ਦਿੱਤਾ ਥੋਡੀ ਸਰਚ ਚ ਸਾਰੀਆਂ ਵੀਡੀਓਜ਼ ਤੁਹਾਨੂੰ ਉਹੀ ਮਿਲਣਗੀਆਂ ਬੇਬੀ ਦੇ ਖਡਾਉਣਿਆਂ ਦੀਆਂ ਕੋਈ ਬੇਬੀ ਦੇ ਡਾਈਪਰਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨਾ ਤੁਹਾਨੂੰ ਕਿਵੇਂ ਆਉਣ ਲੱਗੀਆਂ ਉਹ ਵੀਡੀਓਜ਼ ਕਿਸੇ ਨੂੰ ਕੀ ਪਤਾ ਲੱਗਿਆ ਕਿ ਤੁਸੀਂ ਬੱਚੇ ਨੂੰ ਜਨਮ ਦਿੱਤਾ ਇੱਕ ਪ੍ਰੋਡਕਟ ਹੈ ਜਿਹੜੀ ਉਹ ਲਾਈਟ ਮਾਰਦੇ ਹੋ ਤੇ ਕੰਧ ਦੇ ਉੱਤੇ ਕੋਈ ਨਾ ਕੋਈ ਬਿੰਬ ਬਣਿਆ ਆ ਜਾਂਦਾ ਹੁਣ ਉਹ ਵੀਡੀਓ ਚ ਜਿਹੜੇ ਬਿੰਬ ਬਣ ਆਂਦੇ ਤੇ ਤੁਸੀਂ ਅਸਲ ਚੋ ਪ੍ਰੋਡਕਟ ਖਰੀਦੇ ਆ ਕਿੰਨਾ ਫਰਕ ਹੈ ਮੈਨੂੰ ਦੱਸੋ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਨਾ ਛੋਟੇ ਬੱਚੇ ਨੂੰ ਬੰਦ ਕਰ ਦਿੰਦੇ ਆ ਟਾਵਲ ਜੇ ਚ ਉਹ ਹੈ ਰੈਪ ਰੈਪ ਕਰ ਦਿੰਦੇ ਆ ਹੁਣ ਉਹਦੀ ਵੀਡੀਓ ਤੇ ਤੁਹਾਡੇ ਘਰ ਦਾ ਮਾਹੌਲ ਦੇ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਤੁਸੀਂ ਐਪਸ ਜਿਹੜੀਆਂ ਆ ਉਹ ਇੰਸਟਾਲ ਕੀਤੀਆਂ ਨਹੀਂ ਚਲਾ ਰਹੇ ਤੁਹਾਡਾ ਫੋਨ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡਾ ਮਾਈਕ੍ਰੋਫੋਨ ਹੈ ਜਿਹੜਾ ਜਿਹੜਾ ਸਪੀਕਰ ਹੈ ਉਹ ਆਲਰੇਡੀ ਔਨ ਹੈ ਉਹ ਤੁਹਾਡਾ ਸੁਣ ਰਿਹਾ ਸਾਰਾ ਕੁਝ ਤੁਹਾਡੇ ਤੋਂ ਤੁਸੀਂ ਗੱਲਾਂ ਕਰ ਰਹੇ ਹੋ ਆਪਦੇ ਮਾਪਿਓ ਨਾਲ ਜਾਂ ਕਿਸੇ ਨਾਲ ਕਿ ਮਸੂਰੀ ਚਲੀਏ ਮਸੂਰੀ ਘੁੰਮ ਕੇ ਆਈਏ ਗੱਲ ਹੀ ਕੀਤੀ ਸੀ ਤੇ ਥੋੜੀ ਦੇਰ ਬਾਅਦ ਫੇਸਬੁੱਕ ਖੋਲੀ ਜਾਂ ਕੋਈ ਐਪ ਖੋਲੀ ਤੇ ਮਸੂਰੀ ਦੇ ਹੋਟਲ ਆਣ ਲੱਗੇ ਹੋਣ ਇਨਸਟਾਗ੍ਰਾਮ ਦੇ ਉੱਤੇ ਕਿਸੇ ਪ੍ਰੋਡਕਟ ਨੂੰ ਕਿਸੇ ਤਰ੍ਹਾਂ ਦੀ ਆਈਡੀ ਨੂੰ ਸਰਚ ਕੀਤਾ ਤੁਹਾਡੇ ਸਰਚ ਚ ਉਸ ਤੋਂ ਬਾਅਦ ਉਹੋ ਜਿਹੀਆਂ ਵੀਡੀਓਜ਼ ਨਜ਼ਰ ਆਣ ਲੱਗ ਜਾਂਦੀਆਂ ਕਿੰਨੇ ਸੈਂਕੜੇ ਐਸੇ ਪ੍ਰੋਡਕਟ ਹੋਣਗੇ ਤੁਸੀਂ ਹੁਣ ਆਪਦੇ ਤੇ ਲੈ ਕੇ ਦੇਖਣਾ ਜਿਹੜੇ ਸੁਣ ਰਹੇ ਆ ਜਿਹੜੇ ਇਹਨਾਂ ਨੇ Amazon ਖੋਲਿਆ ਹੋਣਾ ਜਿਨ੍ਹਾਂ ਦੀ ਤੁਹਾਨੂੰ ਲੋੜ ਵੀ ਨਹੀਂ ਸੀ ਤੁਸੀਂ ਫਿਰ ਵੀ ਖਰੀਦ ਗਏ ਜਿਵੇਂ ਪਿਛਲੇ ਦਿਨੀ ਆਪਾਂ ਦੇਖਿਆ ਕਈਆਂ ਦੀ ਵੀਡੀਓਜ਼ ਲੀਕ ਹੋਈ ਵੀਡੀਓ ਲੀਕ ਜਿਹੜਾ ਹੈ ਪ੍ਰਾਈਵੇਸੀ ਦੀ ਗੱਲ ਹੈ ਕਿ ਸਾਡੀ ਪ੍ਰਾਈਵੇਸੀ ਕੰਪਰੋਮਾਈਜ਼ ਹੋ ਰਹੀ ਹੈ ਤੁਸੀਂ ਕਿਵੇਂ ਆਪਣਾ ਪਾਸਵਰਡ ਸ਼ੇਅਰ ਕਰੋ ਨਾ ਕਰੋ ਤੁਹਾਡਾ ਫੋਨ ਉਹਨਾਂ ਤੱਕ ਪਹੁੰਚੇ ਨਾ ਪਹੁੰਚੇ AI ਦੀ ਦੁਨੀਆ ਨੇ ਤੁਹਾਡਾ ਸਭ ਕੁਝ ਹੀ ਕੰਪਰੋਮਾਈਜ਼ ਕਰਕੇ ਰੱਖ ਦਿੱਤਾ ਸੈਸਟ੍ਰੀ ਗਾਲ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਮੈਂ ਹਾਂ ਜਸਲੀਨ ਕੌਰ ਮੱਕੜ ਅੱਜ ਆਪਾਂ ਗੱਲ ਕਰਾਂਗੇ ਮੋਬਾਈਲ ਫੋਨ ਬਾਰੇ ਮੋਬਾਈਲ ਫੋਨ ਦੀ ਵਰਤੋਂ ਬਹੁਤ ਜ਼ਰੂਰੀ ਹੈ ਲੇਕਿਨ ਉਹ ਜ਼ਿੰਦਗੀ ਨੂੰ ਘਾਤਕ ਬਣਾ ਰਹੀ ਹੈ ਪ੍ਰਾਈਵੇਸੀ ਲੀਕ ਹੋ ਰਹੀ ਹੈ ਇਸ ਤੇ ਸਾਡੇ ਨਾਲ ਵਿਚਾਰ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿਮਰਨ ਜੋਸੇ ਮੱਕੜ ਸਿਮਰਨ ਜੀ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਇਸ ਚ ਕੋਈ ਦੋਰਾ ਹੀ ਨਹੀਂ ਕਿ ਘਾਤਕ ਹੋ ਰਹੀ ਹੈ ਮੋਬਾਈਲ ਫੋਨ ਦੀ ਵਰਤੋਂ ਜਿਵੇਂ ਜਿਵੇਂ ਆਪਾਂ ਵਰਤਦੇ ਆਂ ਪਰ ਤੁਸੀਂ ਕਿਹੜੇ ਸੰਦਰਭ ਚ ਘਾਤਕ ਸਮਝਦੇ ਹੋ ਇਹਨੂੰ ਕਿਸ ਪੱਖੋਂ ਤੁਸੀਂ ਘਾਤਕ ਕਹਿ ਰਹੇ ਹੋ ਜਿਹੜਾ ਅੱਜ ਆਪਾਂ ਇਦੇ ਤੇ ਗੱਲ ਕਰਨ ਨੂੰ ਬੈਠੇ ਆਂ ਜਿਵੇਂ ਪਿਛਲੇ ਦਿਨੀ ਆਪਾਂ ਦੇਖਿਆ ਕਈਆਂ ਦੀ ਵੀਡੀਓਜ਼ ਲੀਕ ਹੋਈ ਵੀਡੀਓ ਲੀਕ ਜਿਹੜਾ ਇਹ ਪ੍ਰਾਈਵੇਸੀ ਦੀ ਗੱਲ ਹੈ ਕਿ ਸਾਡੀ ਪ੍ਰਾਈਵੇਸੀ ਕੰਪਰੋਮਾਈਜ਼ ਹੋ ਰਹੀ ਹੈ ਇੱਕ ਤਾਂ ਇਹ ਹੈ ਕਿ ਆਪ ਵੀਡੀਓ ਬਣਾ ਲੈਣੀ ਤੇ ਫਿਰ ਵੀਡੀਓ ਲੀਕ ਕਰ ਦੇਣੀ ਜਾਂ ਫੋਨ ਕਿਸੇ ਕੋਲੇ ਚਲਾ ਗਿਆ ਜਾਂ ਤੁਸੀਂ ਠੀਕ ਕਰਨਾ ਦੇਤਾ ਜਾਂ ਕਲਾਊਡ ਦੇ ਵਿੱਚ ਉਹ ਵੀਡੀਓ ਪਈ ਸੀ ਤੁਹਾਡਾ ਪਾਸਵਰਡ ਕਿਤੇ ਨਾ ਕਿਤੇ ਲੀਕ ਹੋ ਗਿਆ ਇੱਕ ਤਾਂ ਉਹ ਹਿੱਸਾ ਹੈ ਲੇਕਿਨ ਜਿਹੜਾ ਵੱਡਾ ਘਾਤਕ ਹਿੱਸਾ ਹੈ ਨਾ ਜਸਲੀਨ ਜੀ ਉਹ ਇਹ ਹੈ ਕਿ ਤੁਸੀਂ ਕਿਸੇ ਨੂੰ ਆਪਣਾ ਪਾਸਵਰਡ ਸ਼ੇਅਰ ਕਰੋ ਨਾ ਕਰੋ ਤੁਹਾਡਾ ਫੋਨ ਉਹਨਾਂ ਤੱਕ ਪਹੁੰਚੇ ਨਾ ਪਹੁੰਚੇ AI ਦੀ ਦੁਨੀਆ ਨੇ ਤੁਹਾਡਾ ਸਭ ਕੁਝ ਹੀ ਕੰਪਰੋਮਾਈਜ਼ ਕਰਕੇ ਰੱਖਤਾ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਦੇ ਫੋਨ 'ਚ ਵੀਡੀਓਜ਼ ਬਣਾਉਂਦੇ ਹੋ ਫੋਟੋਜ਼ ਖਿੱਚਦੇ ਹੋ ਇੱਕ ਉਹ ਹਿੱਸੇ ਤੇ ਪਹਿਲਾਂ ਗੱਲ ਕਰ ਲੈਂਦੇ ਹਾਂ ਉਹ ਸਾਰੀਆਂ ਸੇਵ ਕਿੱਥੇ ਹੋ ਰਹੀਆਂ ਅੱਜ ਸੇਵ ਕਲਾਊਡ 'ਚ ਜਾ ਕੇ ਹੋ ਰਹੀਆਂ ਜਾਂ ਸੇਵ ਉਹ ਗੂਗਲ ਦੀ ਸਟੋਰੇਜ 'ਚ ਜਾ ਕੇ ਹੋ ਰਹੀਆਂ ਤੇ ਉਹ ਕਿਹਦੇ ਕੋਲੇ ਐਕसेस ਉਹਦਾ ਉਹ ਤਾਂ ਆਲਰੇਡੀ ਤੁਸੀਂ ਆਪ ਦਾ ਆਪਦੀ ਪਰਸਨਲ ਚੀਜ਼ਾਂ ਖਿੱਚਣ ਤੋਂ ਬਾਅਦ ਉਹਨਾਂ ਨੂੰ ਦੇਤੀਆਂ ਉਹਨਾਂ ਦੇ ਕੋਲ ਆ ਗਈਆਂ ਦੁਨੀਆ ਦੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਲੀਕਸ ਹੋਏ ਆ ਉਹ ਕਿੱਥੋਂ ਲੀਕਸ ਹੋਏ ਕੋਈ ਉਹਨਾਂ ਨੇ ਆਪ ਜਾ ਕੇ ਲੀਕ ਨਹੀਂ ਕੀਤੇ ਉਹ ਸਭ ਕੁਝ ਕੰਪਰੋਮਾਈਜ਼ ਹੋਇਆ ਕਿਉਂਕਿ ਉਹ ਕਲਾਊਡ ਦੇ ਵਿੱਚ ਹੀ ਆ ਕਿਹਾ ਜਾਂਦਾ ਕਿ ਸੇਫਸਟ ਹੈ ਆਈਫੋਨ ਬਾਰੇ ਕਿਹਾ ਜਾਂਦਾ ਆਈਫੋਨ ਸੇਫਸਟ ਹੈ ਆਈਫੋਨ ਕੰਪਰੋਮਾਈਜ਼ ਨਹੀਂ ਹੋ ਸਕਦਾ ਠੀਕ ਹੈ ਮੰਨ ਲੈਂਦੇ ਆ ਤੁਹਾਡੀ ਫੋਟੋ ਕੰਪਰੋਮਾਈਜ਼ ਨਹੀਂ ਹੋਈ ਪਰ ਜਿਹੜੀ AI ਚਲਾ ਰਹੀ ਐ ਇਸ ਪੂਰੀ ਦੁਨੀਆ ਨੂੰ ਜਿਹੜਾ ਕਾਰਪੋਰੇਟ ਵਰਲਡ ਪੂਰੀ ਦੁਨੀਆ ਨੂੰ AI ਦੇ ذریعے ਤੁਹਾਨੂੰ ਚਲਾ ਰਿਹਾ ਹੈ ਉਹ ਤਾਂ ਆਈਫੋਨ 'ਚ ਵੀ ਕੰਪਰੋਮਾਈਜ਼ਡ ਐ ਤੁਸੀਂ ਅੱਜ ਕੁਝ ਵੀ ਲਿਖਦੇ ਹੋ ਇੰਸਟਾਗ੍ਰam ਤੋਂ ਮੈਂ ਐਗਜ਼ੈਂਪਲ ਲੈ ਕੇ ਚੱਲਦਾ ਅੱਜ ਸਾਰੀ ਦੁਨੀਆ ਇੰਸਟਾਗ੍ਰam ਦੇਖ ਰਹੀ ਐ ਇੰਸਟਾਗ੍ਰam ਚਲਾ ਰਹੀ ਐ ਤੁਸੀਂ ਇੰਸਟਾਗ੍ਰam ਦੇ ਉੱਤੇ ਕਿਸੇ ਪ੍ਰੋਡਕਟ ਨੂੰ ਕਿਸੇ ਤਰ੍ਹਾਂ ਦੀ ਆਈਡੀ ਨੂੰ ਸਰਚ ਕੀਤਾ ਤੁਹਾਡੇ ਸਰਚ 'ਚ ਉਸ ਤੋਂ ਬਾਅਦ ਉਹੋ ਜਿਹੀਆਂ ਵੀਡੀਓਜ਼ ਨਜ਼ਰ ਆਉਣ ਲੱਗ ਜਾਂਦੀਆਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਤੇ ਲਾਓ ਤੁਸੀਂ ਮਾਂ ਬਣੇ ਹੋ ਇੱਕ ਇੱਕ ਬੇਬੀ ਨੂੰ ਜਨਮ ਦਿੱਤਾ ਥੋਡੀ ਸਰਚ ਚ ਸਾਰੀਆਂ ਵੀਡੀਓਜ਼ ਤੁਹਾਨੂੰ ਉਹੀ ਮਿਲਣਗੀਆਂ ਕੋਈ ਬੇਬੀ ਦੇ ਖਡਾਉਣਿਆਂ ਦੀਆਂ ਕੋਈ ਬੇਬੀ ਦੇ ਡਾਈਪਰਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨਾ ਤੁਹਾਨੂੰ ਕਿਵੇਂ ਆਉਣ ਲੱਗੀਆਂ ਉਹ ਵੀਡੀਓਜ਼ ਕਿਸੇ ਨੂੰ ਕੀ ਪਤਾ ਲੱਗਿਆ ਕਿ ਤੁਸੀਂ ਬੱਚੇ ਨੂੰ ਜਨਮ ਦਿੱਤਾ ਤਾਂ ਉਵੇਂ ਹੀ ਤੁਸੀਂ ਹਰੇਕ ਬੰਦਾ ਆਪੋ ਆਪਣੇ ਇਨਸਟਾਗ੍ਰਾਮ ਦੀ ਸਰਚ ਚ ਜਾ ਕੇ ਦੇਖੇ ਕੀ ਨਜ਼ਰ ਆ ਰਿਹਾ ਉਹਨੂੰ ਉਹ ਪ੍ਰੋਡਕਟ ਵੇਚਣ ਵਾਲੀ ਜਿਹੜੀ ਵੱਡੀ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਕਿੰਨੇ ਪ੍ਰੋਡਕਟ ਖਰੀਦੇ ਐ ਬਹੁਤ ਸਾਰੇ ਬਹੁਤ ਸਾਰੇ ਖਰੀਦ ਲੈਣਾ ਇਹ ਸੱਚ ਐ ਨਾ ਜੀ ਕਿ ਤੁਹਾਡੇ ਇਨਸਟਾਗ੍ਰਾਮ ਤੇ ਤੁਹਾਡੇ ਉਹ ਤੁਹਾਨੂੰ ਡਾਇਰੈਕਟਲੀ ਨਹੀਂ ਵੇਚ ਰਹੇ ਸਿੱਧੇ ਤੌਰ ਤੇ ਉਹ ਤੁਹਾਡੇ ਕੋਲੇ ਨਹੀਂ ਆ ਰਹੀ ਵੀ ਅਸੀਂ ਫਲਾਨੀ ਕੰਪਨੀ ਆ ਤੁਹਾਡੇ ਬੱਚਾ ਪੈਦਾ ਹੋਇਆ ਜੀ ਤੁਸੀਂ ਸਾਡੇ ਤੋਂ ਆ ਚੀਜ਼ ਖਰੀਦ ਲਓ ਉਹ ਤੁਹਾਨੂੰ ਇੰਨੇ ਕਮਾਲ ਦੇ ਤਰੀਕੇ ਦੇ ਨਾਲ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਐ ਕਿ ਤੁਹਾਡਾ ਦਿਲ ਕਰਦਾ ਇੱਕ ਪ੍ਰੋਡਕਟ ਹੈ ਜਿਹੜੀ ਉਹ ਲਾਈਟ ਮਾਰਦੇ ਹੋ ਤੇ ਕੰਧ ਦੇ ਉੱਤੇ ਕੋਈ ਨਾ ਕੋਈ ਬਿੰਬ ਬਣਿਆ ਆ ਜਾਂਦਾ ਜੀ ਹੁਣ ਉਹ ਵੀਡੀਓ ਚ ਜਿਹੜੇ ਬਿੰਬ ਬਣਿਆ ਆਂਦੇ ਤੇ ਤੁਸੀਂ ਅਸਲ ਚੋ ਪ੍ਰੋਡਕਟ ਖਰੀਦੇ ਕਿੰਨਾ ਫਰਕ ਹੈ ਮੈਨੂੰ ਦੱਸੋ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਨਾ ਜਿਹੜੀ ਵੀਡੀਓ ਬਣੀ ਉਹਦੇ ਚ ਤੁਹਾਨੂੰ ਇਹ ਲੱਗ ਰਿਹਾ ਕਿ 4K ਕੁਆਲਿਟੀ ਹੈ ਸ਼ਾਇਦ ਜਦੋਂ ਘਰੇ ਚੀਜ਼ ਮੰਗਾਨੇ ਹੋ ਚੀਜ਼ ਕਿਹੋ ਜੀ ਨਿਕਲਦੀ ਹੈ ਸਿਮਿਲਰਲੀ ਬਹੁਤ ਸਾਰੇ ਐਸੇ ਪ੍ਰੋਡਕਟ ਹੋਣਗੇ ਜਿਹੜੇ ਤੁਸੀਂ ਖਰੀਦੇ ਹੋਣਗੇ ਮੰਗਾਏ ਹੋਣਗੇ ਇਹ ਸੋਚ ਕੇ ਜਿਹੜੀ ਉਹ ਵੀਡੀਓ ਦੇ ਵਿੱਚ ਬਹੁਤ ਕਮਾਲ ਲੱਗਦਾ ਸਹਰਾਣਾ ਹੈ ਕੋਈ ਬੱਚਿਆਂ ਵਾਲਾ ਇੱਕ ਉਹ ਜਿਹੜਾ ਉਹ ਛੋਟੇ ਬੱਚੇ ਨੂੰ ਬੰਦ ਕਰ ਦਿੰਦੇ ਆ ਟਾਵਲ ਜੇ ਵਿੱਚ ਉਹ ਹੈ ਰੈਪਰ ਰੈਪ ਕਰ ਦਿੰਦੇ ਆ ਹੁਣ ਉਹਦੀ ਵੀਡੀਓ ਤੇ ਤੁਹਾਡੇ ਘਰ ਦਾ ਮਾਹੌਲ ਦੇ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਘਰ ਚੋਂ ਵੀਡੀਓ ਬਣਾਈ ਗਈ ਜਿਹੋ ਜੇ ਬੱਚੇ ਦੇ ਨਾਲ ਉਹ ਬਣਾਈ ਗਈ ਜਿਹੜੀ ਲਾਈਟਿੰਗ ਯੂਜ਼ ਕੀਤੀ ਕੀ ਉਹ ਦੇਖਣ ਚ ਤੁਹਾਨੂੰ ਲੇਕਿਨ ਸਵਾਲ ਇਹ ਨਹੀਂ ਹੈ ਚਲੋ ਇਹ ਇੱਕ ਕਾਰਪੋਰੇਟ ਦਾ ਇੱਕ ਦੂਜਾ ਹਿੱਸਾ ਹੈ ਉਹਨਾਂ ਨੂੰ ਕੀ ਪਤਾ ਲੱਗ ਰਿਹਾ ਲੇਕਿਨ ਪਿੱਛੇ ਦੇ ਸੁਣਨ ਚਾਹੇ ਜਦੋਂ ਵੀ ਇੰਸਟਾਗ੍ਰam ਆਪਾ ਸਕਰੋਲ ਕਰਦੇ ਆ ਉਹ ਨਾ ਜਿ ਦਿਖਾਇਆ ਗੂਗਲ ਅਸਿਸਟੈਂਟ ਜਦੋਂ ਆਪਾ ਔਨ ਕਰਦੇ ਆ ਆਪਣੇ ਫੋਨ 'ਚ ਗੂਗਲ ਅਸਿਸਟੈਂਟ ਸਾਰਾ ਕੁਝ ਰਿਕਾਰਡ ਕਰ ਲੈਂਦਾ ਪਿਛਲੇ ਦਿਨ ਇੱਕ ਕਪਲ ਦੀ ਗੱਲ ਗੂਗਲ ਅਸਿਸਟੈਂਟ ਨਹੀਂ ਤੁਹਾਡਾ ਫੋਨ ਤੁਹਾਡੇ ਹੱਥ 'ਚ ਹੈ ਨਾ ਤੁਸੀਂ ਕੋਈ ਵੀ ਐਪ ਨਹੀਂ ਵੀ ਚਲਾ ਰਹੇ ਮੇਰੀ ਗੱਲ ਧਿਆਨ ਨਾਲ ਨੋਟ ਕਰ ਲਿਓ ਤੁਸੀਂ ਐਪਸ ਜਿਹੜੀਆਂ ਉਹ ਇੰਸਟਾਲ ਕੀਤੀਆਂ ਨਹੀਂ ਚਲਾ ਰਹੇ ਤੁਹਾਡਾ ਫੋਨ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡਾ ਮਾਈਕ੍ਰੋਫੋਨ ਹੈ ਜਿਹੜਾ ਜਿਹੜਾ ਸਪੀਕਰ ਹੈ ਉਹ ਆਲਰੇਡੀ ਔਨ ਹੈ ਉਹ ਤੁਹਾਡਾ ਸੁਣ ਰਿਹਾ ਸਾਰਾ ਕੁਝ ਤੁਹਾਡੇ ਤੋਂ ਉਹ ਕਈ ਵਾਰੀ ਐ ਹੋਇਆ ਤੁਹਾਡੇ ਨਾਲ ਚਲੋ ਮੈਂ ਤੁਹਾਨੂੰ ਪੁੱਛ ਲੈਣਾ ਤੁਸੀਂ ਗੱਲਾਂ ਕਰ ਰਹੇ ਹੋ ਆਪਦੇ ਮਾਪਿਓ ਨਾਲ ਜਾਂ ਕਿਸੇ ਨਾਲ ਕਿ ਮਸੂਰੀ ਚਲੀਏ ਮਸੂਰੀ ਘੁੰਮ ਕੇ ਆਈਏ ਗੱਲ ਹੀ ਕੀਤੀ ਸੀ ਤੇ ਥੋੜੀ ਦੇਰ ਬਾਅਦ ਫੇਸਬੁੱਕ ਖੋਲੀ ਜਾਂ ਕੋਈ ਐਪ ਖੋਲੀ ਤੇ ਮਸੂਰੀ ਦੇ ਹੋਟਲ ਆਣ ਲੱਗੇ ਹੁਣ ਜੀ ਬਿਲਕੁਲ ਹੋਇਆ ਐਵੇਂ ਜੀ ਫਿਰ ਕਿਵੇਂ ਹੋ ਜਾਂਦਾ ਉਹ ਤੁਸੀਂ ਤਾਂ ਹੱਲੇ ਸਰਚ ਹੀ ਨਹੀਂ ਕੀਤਾ ਗੂਗਲ ਅਸਿਸਟੈਂਸ ਜਾ ਕੇ ਕੁਝ ਵੀ ਤੁਸੀਂ ਤਾਂ ਕਿਤੇ ਲਿਖਿਆ ਹੀ ਨਹੀਂ ਮਸੂਰੀ ਜਾ ਕੇ ਹੱਲੇ ਫਿਰ ਵੀ ਕਈ ਵਾਰੀ ਤੁਸੀਂ ਉਹ ਲੋਕੇਸ਼ਨ ਚੱਕ ਲੈਂਦਾ ਤੁਸੀਂ ਚੰਡੀਗੜ੍ਹ ਆਏ ਚੰਡੀਗੜ੍ਹ ਆਂਦੇ ਤੁਹਾਨੂੰ ਚੰਡੀਗੜ੍ਹ ਦੇ ਹੋਟਲ ਨਜ਼ਰ ਆਉਣ ਲੱਗੇ ਕਿਉਂ ਉਹਨੇ ਤੁਹਾਡੀ ਲੋਕੇਸ਼ਨ ਦੇਖ ਲਈ ਤੁਸੀਂ ਕਿਹੜੀ ਲੋਕੇਸ਼ਨ ਤੇ ਫਿਰਦੇ ਹੋ ਤੁਹਾਡਾ ਉਹਨੂੰ ਤੁਹਾਡੇ ਘਰ ਦਾ ਪਤਾ ਹੈ ਤੁਸੀਂ ਜਦੋਂ ਆਪਦੇ ਘਰ ਤੋਂ 200 ਕਿਲੋਮੀਟਰ ਦੂਰੋਂ ਉਹ ਤੁਹਾਨੂੰ ਨੈਵੀਗੇਟ ਕਰ ਰਿਹਾ ਹੁੰਦਾ ਤੁਹਾਡਾ ਘਰ 2 ਘੰਟੇ ਦੂਰ ਹੈ ਇੱਥੋਂ ਜੀ ਤੁਹਾਨੂੰ ਉਹਨੂੰ ਤੁਹਾਡੇ ਆਫਿਸ ਦਾ ਵੀ ਪਤਾ ਹੈ ਤੁਹਾਡਾ ਆਫਿਸ ਕਿਹੜਾ ਹੈ ਉਹਨੂੰ ਤੁਹਾਡੀ ਲਾਈਕਿੰਗ ਤੇ ਡਿਸਲਾਈਕਿੰਗ ਦਾ ਵੀ ਪਤਾ ਹੈ ਮੇਰੇ ਇੰਸਟਾ ਤੇ ਫੂਡ ਹੀ ਆਈ ਜਾਂਦਾ ਰਹਿੰਦਾ ਕਿਉਂਕਿ ਮੈਂ ਜਿੱਥੇ ਜਾਣਾ ਫੂਡ ਸਰਚ ਕਰਦਾ ਉਹ ਜਿੱਥੇ ਜਿਹੜੇ ਸ਼ਹਿਰ ਚ ਗਏ ਉਹਦੇ ਨੇੜੇ ਟੜੇ ਦੀਆਂ ਫੂਡ ਵਾਲੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਜਾਂਦੀਆਂ ਮੈਨੂੰ ਇਮੀਗ੍ਰੇਸ਼ਨ ਜਿਹੜੇ ਸਰਚ ਕਰ ਰਹੇ ਉਹ ਗੱਲਾਂ ਕਰ ਰਹੇ ਜਿਹਨੇ ਕੈਨੇਡਾ ਦਾ ਵੀਜ਼ਾ ਲਵਾਉਣਾ ਕਿਸੇ ਆਇਲਜ਼ ਇੰਸਟੀਚਿਊਟ ਦੇ ਵਿੱਚ ਉਹ ਗਿਆ ਹੁਣ AI ਨੇ ਆਇਲਜ਼ ਇੰਸਟੀਚਿਊਟ ਦੀ ਲੋਕੇਸ਼ਨ ਡਿਟੈਕਟ ਕਰ ਲਈ ਕਿ ਉਹ ਬੱਚਾ ਡੈਲੀ ਆਇਲਜ਼ ਇੰਸਟੀਚਿਊਟ ਦੇ ਵਿੱਚ ਜਾ ਰਿਹਾ ਹੈ ਉਹਨੇ ਆਪਦੇ ਫੋਨ ਤੇ ਲਿਖਿਆ ਨਹੀਂ ਉਹਨੇ ਆਪਦੇ ਫੋਨ ਤੇ ਭਰਿਆ ਨਹੀਂ ਉਹਨੇ ਕਿਤੇ ਸਰਚ ਨਹੀਂ ਕੀਤਾ ਉਹਨੇ ਕਿਤੇ ਗੂਗਲ ਅਸਿਸਟੈਂਸ ਤੇ ਨਹੀਂ ਲਿਖਿਆ ਫੇਸਬੁੱਕ ਦੇ ਵਿੱਚ ਕੋਈ ਪੇਜ ਲਾਈਕ ਨਹੀਂ ਕੀਤਾ ਉਹਨੇ ਇੰਸਟਾਗ੍ਰਾਮ ਦੇ ਉੱਤੇ ਕਿਸੇ ਵੀ ਆਇਲਜ਼ ਵਾਲੇ ਬੰਦੇ ਦੀ ਵੀਜ਼ਾ ਲਵਾਉਣ ਵਾਲੇ ਦੀ ਕੋਈ ਵੀਡੀਓ ਲਾਈਕ ਨਹੀਂ ਕੀਤੀ ਹੋਈ ਲੇਕਿਨ ਉਹ ਰੋਜ਼ ਉਸ ਇੰਸਟੀਚੂਟ ਚ ਜਾਂਦਾ ਸੀ AI ਨੇ ਉਹਦੀ ਲੋਕੇਸ਼ਨ ਚੱਕ ਲਈ ਉਹ ਲੋਕੇਸ਼ਨ ਤੇ ਵਿੱਚ ਪਤਾ ਹੈ ਵੀ ਇਹ ਆਇਲਜ਼ ਇੰਸਟੀਚੂਟ ਹੈ ਉਹਨੇ ਉਹਨੂੰ ਆਇਲਜ਼ ਤੇ ਅਬਰੌਡ ਜਾਣ ਦੇ ਐਡ ਜਿਹੜੀ ਉਹਦੇ ਕੋਲ ਆ ਰਹੀ ਸੀ ਉਹ ਸਾਰੀ ਉਧਰ ਟ੍ਰੈਫਿਕ ਨੂੰ ਡਾਇਵਰਟ ਕਰਤਾ ਏਆਈ ਐਡਾ ਇੰਨਾ ਸਮਾਰਟ ਹੋ ਚੁੱਕਿਆ ਕਿੰਨੇ ਪ੍ਰੋਡਕਟ ਐਸੇ ਐ ਜਿਹੜੇ Amazon ਦੀ ਸੇਲ ਲੱਗੀ ਮੈਂ ਉਹਦੇ ਤੇ ਆ ਜੰਨਾ ਹੁਣ ਪਹਿਲਾਂ ਤਾਂ ਹਰ ਤਰੀਕੇ ਨਾਲ ਆ ਗਈ ਕਿ ਮਹਾ ਦਿਵਾਲੀ ਐ ਜਾਂ ਜੋ ਵੀ ਇਹ ਸੇਲ ਆ ਗਈ ਕਿੰਨੇ ਸੈਂਕੜੇ ਐਸੇ ਪ੍ਰੋਡਕਟ ਹੋਣਗੇ ਤੁਸੀਂ ਹੁਣ ਆਪਦੇ ਤੇ ਲੈ ਕੇ ਦੇਖਣਾ ਜਿਹੜੇ ਸੁਣ ਰਹੇ ਐ ਜਿਹੜੇ ਜਿਨ੍ਹਾਂ ਨੇ Amazon ਖੋਲਿਆ ਹੋਣਾ ਜਿਨ੍ਹਾਂ ਦੀ ਤੁਹਾਨੂੰ ਲੋੜ ਵੀ ਨਹੀਂ ਸੀ ਤੁਸੀਂ ਫਿਰ ਵੀ ਖਰੀਦ ਗਏ ਇੱਕ ਕਾਰਪੋਰੇਟ ਸਿਸਟਮ ਹੈ ਚੱਲ ਰਿਹਾ ਦੂਜਾ ਪ੍ਰਾਈਵੇਸੀ ਦੀ ਗੱਲ ਤੇ ਆ ਜੰਨੇ ਆਪਾਂ ਤੁਹਾਡਾ ਤੁਹਾਡੇ ਜੇ ਤੁਹਾਡੇ ਹੱਥ ਚ ਫੋਨ ਹੈ ਤੇ ਉਸ ਫੋਨ ਉਹ ਐਂਡਰੋਇਡ ਹੈ ਜਾਂ ਆਈਓਐਸ ਹੈ ਤਾਂ ਪ੍ਰਾਈਵੇਸੀ ਨਾਂ ਦੀ ਤਾਂ ਚੀਜ਼ ਤੁਹਾਡੀ ਜ਼ਿੰਦਗੀ ਚ ਹੈ ਹੀ ਨਹੀਂ ਭੁੱਲ ਜਾਓ ਤੁਹਾਡੀ ਖਾਣ-ਪਾਣ ਤੋਂ ਲੈ ਕੇ ਪੈਨਣ ਤੱਕ ਦੇ ਸਾਈਜ਼ ਤੱਕ ਸਾਈਜ਼ ਤੱਕ ਜਿਹਨੂੰ ਲਾਰਜ ਆਉਂਦਾ ਉਹਨੂੰ ਲਾਰਜ ਵਾਲੀਆਂ ਹੀ ਫੋਟੋ ਆਉਣੀਆਂ ਜਿਹਨੂੰ ਐਕਸਟਰਾ ਸਾਈਜ਼ਸ ਜਿਹੜੇ ਬਿਗ ਸਾਈਜ਼ਸ ਆਉਣ ਲੱਗ ਜਾਂਦੇ ਮੋਟਾਪਾ ਚੜ ਜਾਂਦਾ ਉਹਨੂੰ ਉਹ ਸਾਈਜ਼ਸ ਦੀਆਂ ਵੀਡੀਓਜ਼ ਆਉਣ ਲੱਗ ਜਾਂਦੀਆਂ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਤੁਹਾਡੀ ਸਾਰੀ ਪ੍ਰਾਈਵੇਸੀ ਤੁਹਾਡੀ ਲਾਈਕਿੰਗ ਡਿਸਲਾਈਕਿੰਗ ਤੁਹਾਡਾ ਆਣਾ ਜਾਣਾ ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਝ ਉਹਨੂੰ ਪਤਾ ਹੈ ਤੁਹਾਡਾ ਕੁਝ ਨਹੀਂ ਰਹਿ ਗਿਆ ਹੁਣ ਹੁਣ ਉਹ ਤੁਹਾਨੂੰ ਕੰਟਰੋਲ ਕਰਦੇ ਆ ਫਿਰ ਤੁਹਾਡਾ ਬ੍ਰੇਨ ਕਿਵੇਂ ਕੰਟਰੋਲ ਕਰ ਰਿਹਾ ਉਹ ਐਦੋਂ ਪਹਿਲਾਂ ਕੀ ਹੁੰਦਾ ਸੀ ਘਰ ਦੇ ਵਿੱਚ ਕੋਈ ਚੀਜ਼ ਲੈਣੀ ਸੀ ਮਾਂ ਰਾਸ਼ਨ ਲਿਖ ਕੇ ਦੇ ਦਿੰਦੀ ਸੀ ਵੀ ਖੰਡ ਮੁੱਕ ਗਈ ਪੱਤੀ ਮੁੱਕ ਗਈ ਇਲਾਚੀਆਂ ਲੈ ਕੇ ਆਉਣ ਆਲੀਆਂ ਮੈਦਾ ਲੈ ਕੇ ਆਉਣ ਆਲਾ ਆਟਾ ਮੁੱਕਿਆ ਪਿਆ ਆਟਾ ਲਿਆਉਣ ਆਲਾ ਉਹ ਬਣਾ ਕੇ ਲਿਖ ਕੇ ਦੇ ਦਿੰਦੀ ਸੀ ਤੁਸੀਂ ਪੰਸਾਰੀ ਦੇ ਜਾਂਦੇ ਸੀ ਉੱਥੇ ਬਹਿੰਦੇ ਸੀ ਬਾਪੂ ਨਾਲ ਹੁੰਦਾ ਸੀ ਉਂਗਲ ਫੜ ਕੇ ਨਾਲ ਗਏ ਪੰਸਾਰੀ ਦੇ ਬਹੁਤ ਰਾਸ਼ਾ ਬਹਿ ਗਏ ਪੰਸਾਰੀ ਨੇ ਤੁਹਾਡੇ ਤੋਂ ਪਰਚੀ ਫੜੀ ਆਓ ਜੀ ਸਿੰਘ ਸਾਹਿਬ ਬੈਠੋ ਚਾਹ ਪੀਓਗੇ ਆ ਬੇਟਾ ਕੱਢੋ ਅਧਾ ਕਿਲੋ ਖੰਡ ਕੱਢ ਦੇ ਕਿਲੋ ਪੱਤੀ ਕੱਢ ਦੇ ਪਾਈਆ ਇਲਾਚੀਆਂ ਲਿਆ ਐਂ ਕੱਢ ਦਿੰਦਾ ਸੀ ਉਹ ਫੇਰੋ ਪੈਨਸਲ ਇੱਥੇ ਲੱਗੀ ਬਿੱਲ ਬਣਾਉਣਾ ਹੋਣੇ ਥੋੜ੍ਹਾ ਰੈਤ ਕਰਨਾ ਤੁਸੀਂ ਜੇ ਉਧਾਰ ਲੈ ਕੇ ਆਏ ਹੋ ਲਖਾਤਾ ਜੇ ਕੀ ਤੁਸੀਂ ਚੀਜ਼ ਐ ਖਰੀਦੀ ਸੀ ਵੀ ਤੁਹਾਡੇ ਅੱਗੇ ਉੱਥੇ ਕੋਈ ਸੋਹਣੀ ਐਕਟਰੈਸ ਖੜ ਕੇ ਕਵੇ ਵੀ ਸਾਬਣ ਲਿਰਲ ਦਾ ਨਹੀਂ ਤੇ ਤੂੰ ਡੱਬ ਦਾ ਖਰੀਦ ਲੇਕਿਨ ਹੁਣ ਤੁਹਾਡੇ ਜ਼ਿਹਨ ਚ ਨਹੀਂ ਸੀ ਨਾ ਮੈਂ ਇਹ ਗੱਲ ਦੱਸ ਰਿਹਾ ਕੰਪਲੀਟ ਕਰ ਰਿਹਾ ਮੈਂ ਤੁਸੀਂ ਅੱਜ ਅੱਜ ਤੁਸੀਂ ਜਦੋਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚੋਂ ਤਾਂ ਤੁਹਾਨੂੰ ਚੀਜ਼ਾਂ ਉਹ ਅਨਨੇਸੈਸਰੀ ਵਿੱਚੀਆਂ ਜਾ ਰਹੀਆਂ ਜਿਹਦੀ ਲੋੜ ਨਹੀਂ ਸੀ ਤੁਹਾਡੀ ਜ਼ਿੰਦਗੀ 'ਚ ਗ੍ਰੀਨ ਟੀ ਹੈ ਜਿਵੇਂ ਮੈਂ ਡਾਕਟਰ ਇੱਕ ਡਾਕਟਰ ਮਿੱਤਰ ਨੇ ਆਪਣੇ ਯਾਦ ਆ ਪ ਇੱਕ ਦਿਨ ਉਹਨਾਂ ਦੇ ਘਰੇ ਗਏ ਸੀ ਦੋਨੋਂ ਜਾਣੇ ਤੇ ਬੇਟੇ ਨੂੰ ਦਿਖਾਉਣਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਕੀ ਪੀਓਗੇ ਮੈਂ ਕਿਹਾ ਗ੍ਰੀਨ ਟੀ ਪੀਲੋਗੇ ਉਹ ਹੱਸਣ ਲੱਗ ਗਏ ਡਾਕਟਰ ਜੋੜਾ ਸੀ ਉਹਨਾਂ ਨੇ ਕਿਹਾ ਕਿ ਗ੍ਰੀਨ ਟੀ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਇੱਕ ਉਹ ਪਾਇਆ ਗਿਆ ਤੁਹਾਡੇ ਦਿਮਾਗ 'ਚ ਤੁਹਾਨੂੰ ਚਾਹ ਨਹੀਂ ਤਾਂ ਗ੍ਰੀਨ ਟੀ ਵਾਲੇ ਪਾਸੇ ਨਾ ਉਹਦਾ ਨਫਾ ਹੈ ਨਾ ਨੁਕਸਾਨ ਹੈ ਗ੍ਰੀਨ ਟੀ ਨਾ ਤੁਹਾਡਾ weight loss ਕਰ ਸਕਦੀ ਹੈ ਨਾ ਵਧਾ ਸਕਦੀ ਹੈ ਉਹ ਨਾ ਨਫਾ ਹੈ ਨਾ ਨੁਕਸਾਨ ਹੈ ਉਹ ਜੀ ਉਹ ਕਹਿੰਦੇ ਬਕਵਾਸ ਹੈ ਆਪਣੇ ਘਰੇ ਹੀ 25 ਤਰ੍ਹਾਂ ਦੀਆਂ ਗ੍ਰੀਨ ਟੀਆਂ ਜਦੋਂ ਆਪਾਂ ਜਾਣਦੇ ਆ ਗ੍ਰੀਨ ਟੀ ਚੱਕ ਲਿਆਉਂਦੇ ਆ ਕੋਈ ਨੰਗੂਈ ਕਿਉਂ ਆ ਉਹ ਤੁਹਾਡੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਇਹ ਇਹਦੇ 'ਚ ਤੁਹਾਡਾ ਫੋਨ ਕਿਵੇਂ ਕੰਮ ਕਰ ਰਿਹਾ ਗੱਲ ਇੱਥੇ ਆ ਕੇ ਟਿਕੀ ਸਾਰਾ ਕੁਝ ਕਿਉਂਕਿ ਤੁਸੀਂ 24 ਘੰਟੇ ਸਕਰੋਲ ਕਰ ਰਹੇ ਹੋ ਮੂਡ ਬਣ ਰਿਹਾ ਤੁਹਾਡਾ